ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪ੍ਰਭੂ ਦਾ ਦਾਸ ਪਾਸਟਰ ਅਤੇ ਬਾਈਬਲ ਟੀਚਰ ਡਾਕਟਰ ਰਾਜੇਸ਼ ਕੁਮਾਰ ਅੱਜ ਫਿਰ ਤੁਹਾਡੇ ਨਾਲ ਪਰਮੇਸ਼ੁਰ ਦੇ ਪਾਕ ਅਤੇ ਜਿਉਂਦੇ ਕਲਾਮ ਨੂੰ ਲੈ ਕੇ ਰੂਬਰੂ ਹੋਇਆ ਹਾਂ ਔਰ ਮੈਂ ਚਾਹੁੰਦਾ ਹਾਂ ਕਿ ਅੱਜ ਤੁਸੀਂ ਪਰਮੇਸ਼ੁਰ ਦੇ ਪਾਕ ਪਵਿੱਤਰ ਬਾਣੀ ਵਿੱਚੋਂ ਕੁਛ ਹੋਰ ਅਹਿਮ ਅਤੇ ਸਾਮਰਥੀਆਂ ਗੱਲਾਂ ਨੂੰ ਸੁਣੋ ਅਤੇ ਸਿੱਖੋ, ਸਮਝੋ, ਆਪਣੇ ਜੀਵਨ 'ਚ ਲਾਗੂ ਕਰੋ ਅਤੇ ਦੂਸਰੇ ਲੋਕਾਂ ਤੱਕ ਇਹ ਗੱਲ ਪਹੁੰਚਾਓ। ਅਤੇ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਸਕਰੀਨ ਦੇ ਸਾਹਮਣੇ ਬਣੇ ਰਹੋ ਤਾਂ ਕਿ ਖੁਦਾ ਦੀ ਬਾਣੀ ਨੂੰ ਆਪਾਂ ਬੜੇ ਧਿਆਨ ਨਾਲ ਸੁਣ ਸਕੀਏ। ਔਰ ਅੱਜ ਦਾ ਸਾਡਾ ਵਿਸ਼ਾ ਹੈ, ਉਹ ਹੈ ਆਪਣੀ ਕੀਮਤ ਨੂੰ ਪਛਾਣ ਲੈਣਾ। ਬਹੁਤ ਸਾਰੇ ਇਨਸਾਨ ਇਸ ਧਰਤੀ ਵਿੱਚ ਨੇ ਜਿਹੜੇ ਆਪਣੀ ਕੀਮਤ ਨੂੰ ਨਹੀਂ ਪਛਾਣਦੇ, ਉਹ ਨਹੀਂ ਜਾਣਦੇ ਕਿ ਉਹਨਾਂ ਦਾ ਧਰਤੀ 'ਤੇ ਆਉਣ ਦਾ ਮਕਸਦ ਕੀ ਹੈ, ਉਹਨਾਂ ਦੇ ਧਰਤੀ 'ਤੇ ਆਉਣ ਦਾ ਲਕਸ਼ ਕੀ ਹੈ। ਅਤੇ ਅੱਜ ਖੁਦਾ ਦੀ ਬਾਣੀ ਵਿੱਚੋਂ ਅਸੀਂ ਗੱਲ ਸਿੱਖਾਂਗੇ ਕਿ ਇਨਸਾਨ ਦੀ ਕੀਮਤ ਕੀ ਹੈ। ਆਪਣੀ ਕੀਮਤ ਨੂੰ ਪਛਾਣਨ ਦੇ ਲਈ ਸਾਨੂੰ ਪਵਿੱਤਰ ਸ਼ਾਸਤਰ ਬਾਈਬਲ ਦਾ ਸਹਾਰਾ ਲੈਣਾ ਪੈਣਾ, ਕਿਉਂਕਿ ਪਵਿੱਤਰ ਸ਼ਾਸਤਰ ਬਾਈਬਲ ਹੀ ਇਨਸਾਨ ਨੂੰ ਉਹਦੀ ਅਸਲ ਪਹਿਚਾਣ ਬਾਰੇ ਰੂਬਰੂ ਕਰਦੀ ਹੈ, ਉਹਨੂੰ ਸਮਝਾਉਂਦੀ ਹੈ। ਅਤੇ ਪਵਿੱਤਰ ਬਾਣੀ ਵਿੱਚ ਲਿਖਿਆ ਹੈ ਕਿ ਇਨਸਾਨ ਜਿਹੜਾ ਹੈ ਪਰਮੇਸ਼ੁਰ ਨੇ ਜਦੋਂ ਰਚਿਆ ਤਾਂ ਉਹਨੂੰ ਆਪਣੀ ਸਮਾਨਤਾ ਅਤੇ ਸਵਰੂਪ ਵਿੱਚ ਰਚਿਆ। ਉਤਪਤ ਦੀ ਕਿਤਾਬ ਉਹਦਾ ਪਹਿਲਾ ਅਧਿਆਏ ਉਹਦੀ 26 ਆਇਤ ਵਿੱਚ ਸਾਫ਼ ਸਾਫ਼ ਤੌਰ 'ਤੇ ਲਿਖਿਆ ਹੋਇਆ ਕਿ ਇਨਸਾਨ ਜਦੋਂ ਰਚਿਆ ਗਿਆ, ਇਨਸਾਨ ਜਦੋਂ ਬਣਾਇਆ ਗਿਆ ਤਾਂ ਪਰਮੇਸ਼ੁਰ ਨੇ ਆਪਣੀ ਸਮਰੱਥ ਨਾਲ ਉਹਨੂੰ ਆਪਣੇ ਸਵਰੂਪ ਨਾਲ ਰਚਿਆ। ਅਸੀਂ ਪਰਮੇਸ਼ੁਰ ਦੀ ਸਮਾਨਤਾ ਵਿੱਚ ਰਚੇ ਗਏ ਹਾਂ। ਅਸੀਂ ਕਿਸੇ ਜਾਨਵਰ, ਕਿਸੇ ਪਸ਼ੂ, ਕਿਸੇ ਪਰਿੰਦੇ ਜਾਂ ਕਿਸੇ ਸਵਰਗਦੂਤ ਦੀ ਸਮਾਨਤਾ ਵਿੱਚ ਨਹੀਂ ਰਚੇ ਗਏ, ਬਲਕਿ ਅਸੀਂ ਪਰਮੇਸ਼ੁਰ ਦੇ ਸਮਾਨਤਾ ਵਿੱਚ, ਉਹਦੇ ਸਵਰੂਪ ਵਿੱਚ ਰਚੇ ਗਏ ਹਾਂ। ਅਤੇ ਅੱਜ ਸਾਨੂੰ ਆਪਣੀ ਪਛਾਣ ਦਾ ਅਹਿਸਾਸ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ ਕਿ ਅਸੀਂ ਕੌਣ ਹਾਂ। ਪਰਮੇਸ਼ੁਰ ਦੀ ਪਾਕ ਬਾਣੀ ਸਾਨੂੰ ਦੱਸਦੀ ਹੈ ਕਿ ਬਾਈਬਲ ਵਿੱਚ ਲਿਖਿਆ ਹੈ, ਪਵਿੱਤਰ ਸ਼ਾਸਤਰ ਸਾਫ਼ ਸਾਫ਼ ਤੌਰ 'ਤੇ ਦੱਸਦਾ ਹੈ ਕਿ ਹਨੋਕ ਨਾਮਕ ਇੱਕ ਇਨਸਾਨ ਸੀਗਾ ਜਿਹੜਾ ਪਰਮੇਸ਼ੁਰ ਦੇ ਸਮਰੱਥ ਨਾਲ ਆਪਣੀ ਪਛਾਣ ਨੂੰ ਜਾਣ ਸਕਿਆ। ਬਾਈਬਲ ਦੱਸਦੀ ਹੈ ਕਿ ਜਦੋਂ ਹਨੋਕ ਦੇ ਘਰ ਉਹਦਾ ਬੇਟਾ ਪੈਦਾ ਹੋਇਆ ਜਿਹਦਾ ਨਾਮ ਮਤੂਸ਼ਲੇ ਸੀਗਾ, ਔਰ ਉਹਦੇ ਜਨਮ ਦੇ ਬਾਅਦ ਉਹਨੇ ਪਰਮੇਸ਼ੁਰ ਦੇ ਨਾਲ ਨਾਲ ਚੱਲਣਾ ਸ਼ੁਰੂ ਕੀਤਾ। ਉਹ ਆਪਣੀ ਕੀਮਤ ਨੂੰ ਪਛਾਣ ਗਿਆ, ਉਹ ਆਪਣੀ ਵੈਲਿਊ ਨੂੰ ਪਹਿਚਾਣ ਗਿਆ, ਉਹ ਆਪਣੇ ਮਹੱਤਵ ਨੂੰ ਪਹਿਚਾਣ ਗਿਆ। ਔਰ ਬਾਈਬਲ ਦੱਸਦੀ ਹੈ ਕਿ ਉਹ 300 ਸਾਲ ਤੱਕ ਲਗਾਤਾਰ ਪਰਮੇਸ਼ੁਰ ਦੇ ਨਾਲ ਨਾਲ ਚੱਲਦਾ ਰਿਹਾ। ਔਰ ਪਵਿੱਤਰ ਬਾਈਬਲ 'ਚ ਲਿਖਿਆ ਹੈ ਉਹ ਜ਼ਿੰਦਾ ਅਸਮਾਨ 'ਤੇ ਉਠਾਇਆ ਗਿਆ। ਮੇਰੇ ਭੈਣੋ ਅਤੇ ਭਰਾਵੋ, ਠੀਕ ਉਸੇ ਤਰ੍ਹਾਂ ਜਿੱਦਾਂ ਹਨੋਕ ਆਪਣੀ ਕੀਮਤ ਨੂੰ ਪਛਾਣ ਗਿਆ, ਆਪਣੀ ਵੈਲਿਊ ਨੂੰ ਪਛਾਣ ਗਿਆ, ਉੱਦਾਂ ਹੀ ਅਸੀਂ ਵੀ ਆਪਣੀ ਵੈਲਿਊ ਨੂੰ ਪਛਾਣ ਲੈਣਾ, ਆਪਣੀ ਕੀਮਤ ਨੂੰ ਪਛਾਣ ਲੈਣਾ ਹੈ ਤਾਂ ਕਿ ਅਸੀਂ ਪਰਮੇਸ਼ੁਰ ਦੇ ਨਾਲ ਜ਼ਿੰਦਾ ਅਸਮਾਨ 'ਤੇ ਉਠਾਈਏ ਜਾਈਏ। ਔਰ ਪਵਿੱਤਰ ਬਾਈਬਲ 'ਚ ਲਿਖਿਆ ਕਿ ਬਹੁਤ ਜਲਦ ਸਾਡੇ ਪ੍ਰਭੂ ਯੇਸ਼ੂ ਮਸੀਹ ਬਦਲਾਂ 'ਤੇ ਆਉਣ ਵਾਲੇ ਨੇ ਅਤੇ ਆਪਣੇ ਪਾਕ ਲੋਕਾਂ ਨੂੰ, ਆਪਣੀ ਪਾਕ ਕਲੀਸਿਆਂ ਨੂੰ ਆਪਣੇ ਨਾਲ ਲੈ ਕੇ ਜਾਣ ਵਾਲੇ ਨੇ। ਜਿਹੜਾ ਜਿਹੜਾ ਇਨਸਾਨ ਆਪਣੀ ਵੈਲਿਊ ਸਮਝੇਗਾ, ਆਪਣੀ ਕੀਮਤ ਸਮਝੇਗਾ, ਉਹ ਜ਼ਰੂਰ ਬਦਲਾਂ 'ਤੇ ਉਠਾਇਆ ਜਾਏਗਾ। ਔਰ ਬਾਈਬਲ 'ਚ ਲਿਖਿਆ ਹੈ ਕਿ ਨੂਹ ਨਬੀ, ਬਹੁਤ ਸਾਰੇ ਲੋਕ ਉਸ ਟਾਈਮ ਪਾਪ ਵਿੱਚ ਲਿਪਤ ਸੀਗੇ, ਪਾਪ ਵਿੱਚ ਡੁੱਬੇ ਹੋਏ ਸੀਗੇ, ਲੇਕਿਨ ਨੂਹ ਨੇ ਆਪਣੀ ਕੀਮਤ ਪਛਾਣ ਲਈ। ਪਰਮੇਸ਼ੁਰ ਆਪਣੇ ਚੁਣੇ ਹੋਏ ਲੋਕਾਂ ਨੂੰ ਉਹਨਾਂ ਦੀ ਕੀਮਤ ਦਾ ਅਹਿਸਾਸ ਕਰਵਾ ਦਿੰਦਾ ਹੈ। ਨੂਹ ਦੀ ਉਮਰ 500 ਸਾਲ ਦੀ ਸੀਗੀ, ਇੱਕ ਬਜ਼ੁਰਗ ਇਨਸਾਨ ਨਹੀਂ ਜਾਣਦਾ ਥਾ ਕਿ ਮੇਰੀ ਕੀਮਤ ਕੀ ਹੈ, ਮੇਰੀ ਵੈਲਿਊ ਕੀ ਹੈ, ਲੇਕਿਨ ਪਰਮੇਸ਼ੁਰ ਨੇ ਉਹਦੇ ਕੰਨਾਂ ਵਿੱਚ ਜਦੋਂ ਆਪਣੀ ਆਵਾਜ਼ ਪਾਈ, ਆਪਣੇ ਵਚਨਾਂ ਦੁਆਰਾ ਪਰਮੇਸ਼ੁਰ ਨੇ ਨੂਹ ਨੂੰ ਦੱਸਿਆ ਕਿ ਤੇਰੀ ਕੀਮਤ ਇੱਕ ਬਹੁਤ ਵੱਡਾ ਇੰਜੀਨੀਅਰ ਬਣਨ ਦੀ ਹੈ, ਤੂੰ ਇੱਕ ਬਹੁਤ ਵੱਡੇ ਜਹਾਜ਼ ਨੂੰ ਨਿਰਮਿਤ ਕਰੇਂਗਾ, ਬਹੁਤ ਵੱਡੀ ਕਿਸ਼ਤੀ ਨੂੰ ਨਿਰਮਿਤ ਕਰੇਂਗਾ, ਔਰ ਸੱਚਮੁੱਚ ਤੂੰ ਆਪਣੇ ਪਰਿਵਾਰ ਨੂੰ ਬਚਾ ਸਕੇਂਗਾ। ਮੇਰੇ ਭੈਣੋ ਅਤੇ ਭਰਾਵੋ, ਬਾਈਬਲ ਮੁਕੱਦਸ ਦੱਸਦੀ ਹੈ ਕਿ ਨੂਹ ਨਬੀ ਨੇ 100 ਸਾਲ ਧਾਰਮਿਕਤਾ ਦਾ ਪ੍ਰਚਾਰ ਕੀਤਾ, ਉਹਨੇ ਖੁਦਾ ਦੀ ਆਵਾਜ਼ ਸੁਣ ਕੇ ਆਪਣੀ ਵੈਲਿਊ ਸਮਝ ਲਈ, ਆਪਣੀ ਕੀਮਤ ਸਮਝ ਲਈ, ਔਰ ਆਪਣੇ ਪਰਿਵਾਰ ਨੂੰ ਬਚਾਉਣ ਲਈ ਇੱਕ ਬਹੁਤ ਵੱਡਾ ਜਹਾਜ਼ ਨਿਰਮਿਤ ਕੀਤਾ, ਔਰ 100 ਸਾਲ ਧਾਰਮਿਕਤਾ ਦਾ ਪ੍ਰਚਾਰ ਕਰਦਾ ਰਿਹਾ। ਇਹ ਗੱਲ ਸਾਨੂੰ ਸਿਖਾਉਂਦੀ ਹੈ ਕਿ ਪਰਮੇਸ਼ੁਰ ਦੇ ਵਚਨ ਦੇ ਸੁਣਨ ਰਾਹੀਂ, ਪਰਮੇਸ਼ੁਰ ਦੇ ਵਚਨ ਨੂੰ ਪੜ੍ਹਨ ਦੇ ਰਾਹੀਂ, ਪਰਮੇਸ਼ੁਰ ਦੇ ਵਚਨ ਦੇ ਸੰਗਤੀ ਵਿੱਚ ਚੱਲਣ ਦੇ ਰਾਹੀਂ ਅਸੀਂ ਆਪਣੀ ਵੈਲਿਊ ਨੂੰ ਸਮਝ ਸਕਦੇ ਹਾਂ, ਆਪਣੀ ਕੀਮਤ ਨੂੰ ਪਹਿਚਾਣ ਸਕਦੇ ਹਾਂ। ਪਵਿੱਤਰ ਬਾਈਬਲ ਦੱਸਦੀ ਹੈ ਕਿ ਬਹੁਤ ਸਾਰੇ ਲੋਕ ਬਾਈਬਲ ਵਿੱਚ ਬੇਸ਼ੁਮਾਰ ਲੋਕ ਨੇ ਜਿਨ੍ਹਾਂ ਨੇ ਆਪਣੀ ਕੀਮਤ ਨੂੰ ਪਛਾਣਿਆ, ਆਪਣੀ ਵੈਲਿਊ ਨੂੰ ਪਛਾਣਿਆ, ਆਪਣੀ ਇੰਪੋਰਟੈਂਸ ਨੂੰ ਪਹਿਚਾਣ ਲਿਆ। ਅੱਜ ਸਾਨੂੰ ਲੋੜ ਹੈ ਆਪਣੀ ਵੈਲਿਊ ਨੂੰ ਸਮਝ ਲੈਣ ਦੀ। ਬਾਈਬਲ ਦੱਸਦੀ ਹੈ, ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਕਿ ਮੂਸਾ ਨਾਮ ਦਾ ਇੱਕ ਇਨਸਾਨ ਸੀਗਾ ਜਿਹਨੇ ਇੱਕ ਇਨਸਾਨ ਦਾ ਕਤਲ ਕਰ ਦਿੱਤਾ। ਉਹ ਦੁਨੀਆ ਦੀ ਨਜ਼ਰ 'ਚ ਕਾਤਲ ਸੀਗਾ, ਲੇਕਿਨ ਪਰਮੇਸ਼ੁਰ ਨੇ ਉਹਦੀ ਇੱਕ ਸਹੀ ਪਹਿਚਾਣ ਉਹਨੂੰ ਕਰਵਾਈ।
परमेश्वर ने उहदे अंदर एक बहुत वड्डा आगू वेख लिया, एक लीडर वेख लिया। परमेश्वर ने सचमुच उस मूसा दे कन्नां विच आवाज़ पाई, अपने वचन दे द्वारा उहदी कीमत दा अहसास करवाया कि मूसा तू लखां लोकां दा आगू बनेगा, लखां लोकां दी अगुवाई करेगा। और मूसा ने परमेश्वर दे वचन नूं अपने हिरदे विच बसा लिया, विश्वास के तौर अपनी कीमत नूं पछाण लिया। और बाइबल मुकद्दस दसदी है कि लखां लोकां नूं मिस्र दी गुलामी चों बाहर कढ़न दे लई उहनां दा अगवा बन के, उहनां दा लीडर बन के मूसा अगे वधिया। और सचमुच बाइबल दसदी है कि मूसा द्वारा परमेश्वर ने अद्भुत चिन्ह अते चमत्कार किते, लाल समुद्र नूं दो हिस्से कर दिता और आकाश विचों मन्ना वरसिया, और लखां लोकां दी अगवाई लई परमेश्वर ने उस इंसान नूं इस्तेमाल किया। उहने व्यवस्था दी पंज किताबां नूं रच दिता, परमेश्वर उहदे नाल रूबरू होया, परमेश्वर ने उहनूं 10 हुक्म दिते, अद्भुत रीति नाल मूसा इस्तेमाल होया। और मूसा अपनी वैल्यू नूं, अपनी कीमत नूं, अपने महत्व नूं पछाण चुका सीगा। मेरे भैणों अते भरावो, अज सानूं परमेश्वर दी वाणी नूं सुणदे होए, समझदे होए अपनी वैल्यू नूं समझण दी लोड़ है। पवित्र शास्त्र बाइबल विच लिखिया है कि एलिया एक ऐसा इंसान सीगा, साडे वर्गा दुख सुख भोगी इंसान। बाइबल दसदी है उहने अपनी कीमत नूं पछाण लिया। और बाल नूं मन्नण वाले 450 जिहड़े नबी सीगे, झूठे नबी, उहनां दे सामने और दुनिया दे सामने, आहाब राजा दे सामने उहने ऐलान कर दिता कि मैं परमेश्वर दा सच्चा दास हां, मैं अपनी वैल्यू जाणदा हाँ। और वचन दसदा है, पवित्र वाणी दसदी है कि एलिया ने स्वर्ग तों अग उतार दित्ती और होम बली दी सारी वेदी जल के भस्म हो गई। मेरे भैणों ते भरावो, जिहड़ा इंसान अपनी वैल्यू समझदा है, वह परमेश्वर नाल अपने रिश्ते नूं भी जाणदा है। वह जाणदा है कि मैं धरती विच किहड़ा काम कर सकदा हाँ, अद्भुत अनोखे काम करन दी ताकत वह इंसान अपने अंदर वेख लैंदा है। परमेश्वर ने हर इंसान दे अंदर उहदे जीवन विच, उहदे मन विच, उहदे विवेक दे विच एक सामर्थ भरी है, एक अभिषेक भरिया है। जदों इंसान उस अभिषेक नूं जाण लैंदा है, उस सामर्थ नूं जाण लैंदा है, तां परमेश्वर सचमुच उहदी कीमत इस दुनिया विच वधाउंदा है और स्वर्ग दे राह उहदे लई खोल दिंदा है, अनंत जीवन दे लई उहनूं तैयार कर दिंदा है। मेरे भैणों अते भरावो, बाइबल विच बहुत सारे लोकां दे जीवन बारे असीं पढ़दे हां जिन्हां ने अपनी कीमत नूं पछाण लिया, लेकिन बहुत सारे ऐसे भी लोग ने जिन्हां ने अपनी कीमत नूं नहीं पछाणिया। जदों मूसा इजराइली लोगों नूं मिस्र गुलामी विचों बाहर कढ रहा था, और पवित्र बाइबल च लिखा है, व्यवस्था सार उहदा 32 अध्याय उहदे 10 आयत च लिखा है कि परमेश्वर ने जंगल विच उहनां नूं अपनी अख दी पुतली वांगू संभाल के रख्या। पर वह इजराइली लोग अपनी वैल्यू पछाण नहीं सके, वह खुदा नूं नहीं जाण सके, अपनी अहमियत नूं नहीं पछाण सके, और इसे करके जंगल विच मर गए। केवल यहोशू अते कालेब और नवी पीढ़ी जिहड़ी जंगल विच पैदा हुई उही कनान पहुँच सकी। बहुत सारे लोग जिहड़े अपनी वैल्यू नूं पछाण नहीं सकते, वह सचमुच दुनिया विच नाश हो जाणगे। मेरे प्यारे भैण अते भरावो, विश्वासियो, अज प्रभु दे वचन विचों तुसीं सिखो कि परमेश्वर सानूं अपनी वैल्यू दा अहसास करवांदा है। पवित्र बाइबल विच लिखा है, परमेश्वर कहिंदा है कि जिहड़ा तुहानू छूंदा है वह मेरी अख दी पुतली नू छू लैंदा है। सचमुच असी खुदावंद खुदा दी अख दी पुतली हाँ, असी सचमुच अद्भुत हैं, असी बहुत अहमियत रखते हैं, परमेश्वर साडे नाल वफादार है। पवित्र बाइबल विच लिखा है, दुष्ट सानू छू भी नहीं सकदा। पहला यूहन्ना उहदा 5 अध्याय उहदी 18 आयत विच साफ अते स्पष्ट तौर ते लिखा है कि असी जाणदे हाँ कि असी परमेश्वर तों पैदा होए हाँ, और परमेश्वर तो पैदा होने दे नाल परमेश्वर सानू बचाए रखता है और असी पाप नहीं करते, और वह दुष्ट जिहड़ा है सानू छू भी नहीं सकता क्योंकि असी खुदावंद खुदा दी अख दी पुतली हाँ। और सचमुच पंजाबी च लिखदे अख दी काकी हाँ, सचमुच पिता परमेश्वर सानू सुरक्षित रखता है, अपने हत्थां विच अपने दिल विच संभाल के रखता है। बाइबल च लिखिया खुदा दे हत्थां दे विच साडी सूरत परमेश्वर ने संभाल के रखी हुई है। मेरे प्यारे भैण अते भरावो, सचमुच परमेश्वर अपने वचन द्वारा सानू अज हौसला दिंदा है। दुष्ट सानू कदों छू लैंदा है, कदों साडे जीवन विच काम करदा, जदों सानू इस गल दा अहसास नहीं हुंदा, असी अपनी वैल्यू नूं पछाण नहीं लैंदे, असी अपनी कीमत नूं नहीं पछाणदे और संसार विच भटके हुए फिरदे हैं। परमेश्वर सानू साडी कीमत, साडी वैल्यू अज समझाना चाहुंदा है। परमेश्वर दे अहम हिस्से, अख दी काकी असी बन चुके हैं। परमेश्वर चाहुंदा है कि सानू दुष्ट छू ना सके, इसलिए सानू परमेश्वर तो पैदा होने दी लोड़ है, परमेश्वर दी संगति विच चलन दी लोड़ है, परमेश्वर दे वचन नू सिखण दी लोड़ है, परमेश्वर दी आत्मा पाण दी लोड़ है, परमेश्वर दा अभिषेक पाण दी लोड़ है, अपनी वैल्यू नू समझदे होए परमेश्वर दे नाल चलन दी लोड़ है। पवित्र शास्त्र विच लिखा है, मरियम
एक आम औरत उन्हें अपनी वैल्यू नू पहचान लिया। जो स्वर्गदूत मरियम को आया और मरियम नू कहिंदा सलामे मरियम, मरियम तेनू शांति मिले क्योंकि शांति दा राजकुमार तेरे जीवन विच, तेरे घर विच, तेरी जिंदगी विच आन वाला है। पवित्र बाइबल दसदी है कि मरियम ने अपनी कीमत नू पहचान लिया। मरियम ने समाज की परवाह नहीं की, मरियम ने अपने मंगेतर की परवाह ना करते हुए, मरियम ने दुनियादारी की परवाह ना करते हुए परमेश्वर की आवाज़ नू सुनिया और अपनी कीमत नू पहचान लिया। और वचन दसदा है कि मरियम नू परमेश्वर ने धन किया, आशीषित किया, ब्लैसड किया। सचमुच मेरे भैनों अते भरावो, आज तुसी किस खानदान तो ताल्लुक रखते हो, तुसी किहड़े बिजनेस करते हो, तुसी किहड़े ब्रांड के कपड़े पहनते हो, तुसी किहड़े खानदान तो ताल्लुक रखते हो, तुसी किहड़े समाज तो ताल्लुक रखते हो, किहड़े धर्म जाति संप्रदाय तो बिलोंग करते हो, और तुसी किस तरह दे सोच रखते हो, और तुसी किहड़ी डिनोमिनेशन तो बिलोंग करते हो, किस चर्च तो बिलोंग करते हो, और तुसी किन्ना पैसा रखते हो, तुसी किन्ना ज्ञान रखते हो, तुसी किन्ने सोहने हो। यह सारियां गल्लां बेमायने ने परमेश्वर की नज़र विच। परमेश्वर सानू साड़ी असल कीमत बताना चाहता है, परमेश्वर सानू असी साड़ी असली वैल्यू दसना चाहता है, कि परमेश्वर दसना चाहता है कि साड़ा स्वर्ग के राज विच की अहुदा होगा, अनंत जीवन साडे लई परमेश्वर देना चाहता है। परमेश्वर चाहता है कि असी अपने वचन दीआं उन अहम गल्लां नू अपने जीवन विच लैके आईए ताकि सानू अपनी असल वैल्यू का पता चल जाए। बाइबल दसदी है प्रेरित पौलुस खुदा दा दास प्रभु दे वाणी नू सुनदे हुए, वचन नू समझदे हुए, जदों उन्हें पता लगा कि उसकी वैल्यू की है, पहले मसीह लोगों नू सतांदा सीगा लेकिन बाद आप वो सताया जा रहा है। मसीह नू 39 कोड़े वजे लेकिन पौलुस ने 5 वारी 39 कोड़े खादे क्योंकि मसीह नू पछाण गया, वो अपनी वैल्यू नू जान गया, उसकी कीमत उन्हें पता चल गई। क्योंकि पौलुस कहता है मसीह की पछाण की उत्तमता ते करके मैं सारिया चीज़ों कूड़ा करकट समझदा। सचमुच मेरे भैनों ते भरावो, अज परमेश्वर सानू साड़ी वैल्यू दसना चाहता है, साड़ी कीमत की है इसनू दसना चाहता है। और एक मैं छोटी जी कहानी तुहाड़े नाल शेयर करना चाहवागा। एक बार एक इंसान अपने जीवन तो, अपनी जिंदगी तो, अपने कामकाज तो बहुत परेशान होकर एक पहाड़ ते चला गया ताकि सुसाइड करे, आत्महत्या करे। उस पहाड़ ते कोई खुदा दा सेवक भी दुआ करने लिए बैठा होया सीगा, और जदों इंसान मरण लई जा रहा था, और लेकिन इस तो पहले कि वह सुसाइड करे पहाड़ तो छाल मारे, वो जोर जोर दी कहिंदा है कि हे परमेश्वर तू मेरे लिए कुछ नहीं किया, मेरी जिंदगी बेकार है, मेरे जीवन में कभी कामयाबी नहीं हुई, मैं बड़ा निराश हाँ, उदास हाँ, आज मैं अपना जीवन नाश करन जा रहा है। तो वह खुदा का सेवक उसकी सारिया गल्लां नू बड़े ध्यान नाल सुनता है, और इस तो पहले कि वह पहाड़ तो छाल मारे खुदा का सेवक उसके कोल पहुँचता है और उन्होंने कहता है कि भरा तू इन्ना निराश इन्ना उदास क्यों? कहिंदा मेरी कोई वैल्यू नहीं जिंदगी विच, मैनू कोई पुछदा नहीं, ना परिवार वाले, ना सज्जन, ना बेली, दुनिया च किसी भी इंसान की नज़र च मेरी कोई वैल्यू कोई कीमत नहीं हैगी। उस प्रभु दे दास ने कहा तू एक काम कर, मेरा एक दोस्त है जिहड़ा बहुत वड्डा राजा है, उन्हों अजीब जा शौक है, वह बंदे दे शरीर दे वख वख अंग खरीदन दा शौक रखता है, वह अखां खरीद लैंदा है, वह कन्न खरीद लैंदा है, वह हाथ खरीद लैंदा है, तो तू मरते जाना ही है, तो इदां कर मेरा भला करके चल जा, तू ने मरते जाना ही है, तू इदां कर मेरे राजे मेरे दोस्त नूं मिल और ताकि तेरे शरीर के जिहड़े अंग ने वह खरीद ले तो मैं अमीर हो जावां, मेरे को बड़ा धन दौलत आ जाए। तो वह कहिंदा चल ठीक है, वह राजे को जांदा है उस खुदा दे सेवक दे नाल, ते राजा उदी गल सुनदा है कि यह बंदा मरन वाला है, तो राजा जी दे अखा दे तुसी किन्नी कीमत लांदे हो? कहिंदा एक अख दा 1 लाख रुपया, तो दोनों अखा दे 2 लाख रुपये, कन्न ते मैं दोनों कन्ना दे 2 लाख रुपए देवांगा, और नक दी कीमत जिहड़ी है 1 लाख रुपए देवांगा। इदां वो इंसान सोचता है कि मेरे शरीर की इन्नी वैल्यू है, एक रंग मेरा लखा रुपए का बिक रहा है, और वो मन में बड़ी दुविधा पैदा होती है कि यार मेरी तो बहुत ज़्यादा कीमत है और मैं अपने आप को नाश कर जा रहा है। वो मन विचार होंगे, फिर कहता तेरे हाथ, कहता हाथों की 5 लाख रुपए कीमत है, लत्तों की 10 लाख रुपए कीमत है। इन्नी देर चो एकदम कहता कि मैं अपने आप को नहीं बेचना, मैं तो अपने घर जा रहा। कहिंदा क्यों की होया? तू तो अपने आप को पहाड़ तो छाल मारन लई तैयार सीगा, सुसाइड करन लई तैयार सीगा, हुण तैनूं की होया? कहिंदा हुण मैनूं अपनी कीमत पता चल गई है कि मेरी कीमत बहुत है, मेरी अखां दी बहुत कीमत है, मेरी अखां दे द्वारा मैं वक्रे वक्रे रंग देख सकदा है, दुनिया नूं देख सकदा, पेड़ पहाड़ परिंदियां नूं वेख सकदा है, अपने कन्नां नाल अद्भुत आवाज़ सुन सकदा, खुदा दी आवाज़ नूं सुन सकदा। अज इस राजे दे द्वारा, अज खुदा दे दास द्वारा, अज मैनूं पता चलिया कि मेरी असल विच वैल्यू की है। खुदा दे दास उहदी वैल्यू नूं दसना चाहते थे। मेरे प्यारे भैनों ते भरावो, अज खुदा दी वाणी सानू साडी असल वैल्यू,
ਅਸਲ ਕੀਮਤ ਦੱਸਣਾ ਚਾਹੁੰਦੀ ਹੈ। ਇਨਸਾਨ ਨਹੀਂ ਜਾਣਦਾ ਕਿ ਉਹਦੀ ਇਸ ਧਰਤੀ 'ਤੇ ਰਹਿੰਦੇ ਹੋਏ ਕੀ ਕੀਮਤ ਹੈ। ਜਿਹੜੀ ਸੇਵਾ ਪਰਮੇਸ਼ਰ ਨੇ ਸਵਰਗ ਦੂਤਾਂ ਨੂੰ ਨਹੀਂ ਦਿੱਤੀ, ਉਹ ਆਪਣੇ ਵਿਸ਼ਵਾਸ ਕਰਨ ਵਾਲਿਆਂ ਨੂੰ ਦਿੱਤੀ, ਆਪਣੇ ਵਚਨ 'ਤੇ ਚੱਲਣ ਵਾਲਿਆਂ ਨੂੰ ਦਿੱਤੀ ਹੈ। ਪਰਮੇਸ਼ਰ ਸਾਨੂੰ ਸਵਰਗ ਦੂਤਾਂ ਤੋਂ ਵੀ ਉੱਤਮ ਸਮਝਦਾ ਹੈ। ਪਰ ਬਾਈਬਲ ਮੁਕੱਦਸ ਵਿੱਚ ਲਿਖਿਆ, ਮੱਤੀ ਦੀ ਕਿਤਾਬ 10:31 ਵਿੱਚ ਲਿਖਿਆ ਹੈ ਕਿ ਪਰਿੰਦੇ ਜਿਹੜੇ ਇੱਕ ਸਿੱਕੇ ਵਿੱਚ ਵਿਕਦੇ ਨੇ, ਇੱਕ ਕੋਇਨ ਦੇ ਵਿੱਚ ਵਿਕਦੇ ਨੇ, ਉਹ ਅਸਮਾਨ 'ਤੇ ਉੱਡਦੇ ਨੇ ਔਰ ਥੱਲੇ ਨਹੀਂ ਡਿੱਗਦੇ। ਲੇਕਿਨ ਤੁਸੀਂ ਪਰਿੰਦਿਆਂ ਤੋਂ ਵੀ ਜ਼ਿਆਦਾ ਕੀਮਤ ਰੱਖਦੇ ਹੋ, ਤੁਹਾਡੀ ਵੈਲਿਊ ਪਰਿੰਦਿਆਂ ਤੋਂ ਵੀ ਜ਼ਿਆਦਾ ਹੈ। ਪਰਮੇਸ਼ੁਰ ਸਾਨੂੰ ਸਾਡੀ ਵੈਲਿਊ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਹੈ। ਪਵਿੱਤਰ ਬਾਈਬਲ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀ ਵੈਲਿਊ ਨੂੰ ਜਾਣ ਲਿਆ। ਬਾਈਬਲ ਦੱਸਦੀ ਹੈ ਕਿ ਦਾਊਦ ਇੱਕ ਛੋਟੀ ਜਿਹੀ ਉਮਰ ਦਾ ਨੌਜਵਾਨ ਮੁੰਡਾ ਸੀਗਾ, ਜਦੋਂ ਇਜ਼ਰਾਈਲੀ ਲੋਕਾਂ ਅਤੇ ਫਿਲਿਸਤੀਨੀ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਹ ਗੋਲੀਅਤ ਨਾਮ ਦੇ ਇੱਕ ਬਹੁਤ ਵੱਡੇ ਆਦਮੀ ਫੌਜੀ ਜਿਹੜਾ ਸੀਗਾ ਉਹਦੇ ਤੋਂ ਡਰ ਰਹੇ ਸੀਗੇ। ਲੇਕਿਨ ਦਾਊਦ ਆਪਣੀ ਕੀਮਤ ਨੂੰ ਜਾਣਦਾ ਥਾ, ਆਪਣੀ ਵੈਲਿਊ ਨੂੰ ਜਾਣਦਾ ਥਾ। ਦਾਊਦ ਜਾਣਦਾ ਥਾ ਕਿ ਯਹੋਵਾ ਪਰਮੇਸ਼ੁਰ ਮੇਰੇ ਨਾਲ ਹੈ ਔਰ ਗੋਲੀਅਤ ਵਰਗੇ ਇਨਸਾਨ ਮੈਨੂੰ ਨਾਸ਼ ਨਹੀਂ ਕਰ ਸਕਦੇ। ਸੱਚਮੁੱਚ ਮੇਰੇ ਭੈਣੋ ਅਤੇ ਭਰਾਵੋ, ਜਿੱਦਾਂ ਦਾਊਦ ਨੇ ਆਪਣੀ ਕੀਮਤ ਨੂੰ ਪਛਾਣ ਲਿਆ, ਏਲੀਆ ਨੇ ਆਪਣੀ ਕੀਮਤ ਨੂੰ ਪਛਾਣਿਆ, ਮਰੀਅਮ ਨੇ ਆਪਣੀ ਕੀਮਤ ਨੂੰ ਪਛਾਣ ਲਿਆ, ਮੂਸਾ ਨੇ ਆਪਣੀ ਕੀਮਤ ਨੂੰ ਪਛਾਣ ਲਿਆ, ਔਰ ਅਸੀਂ ਨੂਹ ਨਬੀ ਦੀ ਕਹਾਣੀ ਪੜ੍ਹ ਰਹੇ ਹਾਂ, ਅਸੀਂ ਹਨੋਕ ਦੇ ਬਾਰੇ ਜਾਣਿਆ ਕਿ ਉਹਨਾਂ ਨੇ ਆਪਣੀ ਕੀਮਤ ਨੂੰ ਪਛਾਣਿਆ। ਅੱਜ ਤੁਹਾਨੂੰ ਪਰਮੇਸ਼ੁਰ ਦੀ ਆਤਮਾ ਕਹਿ ਰਹੀ ਹੈ ਕਿ ਆਪਣੀ ਕੀਮਤ ਨੂੰ ਪਛਾਣ ਲਓ, ਤੁਸੀਂ ਅਦਭੁਤ ਹੋ। ਪਵਿੱਤਰ ਬਾਈਬਲ ਵਿੱਚ ਲਿਖਿਆ ਹੈ, ਯਸ਼ਾਇਆ 13:12 ਵਿੱਚ ਲਿਖਿਆ ਹੋਇਆ ਕਿ ਤੁਸੀਂ ਚੋਖੇ ਸੋਨੇ ਤੋਂ ਵੀ ਜ਼ਿਆਦਾ ਬੇਸ਼ ਕੀਮਤੀ ਹੋ, ਤੁਹਾਡੀ ਬਹੁਤ ਕੀਮਤ ਹੈ। ਪਰਮੇਸ਼ੁਰ ਤੁਹਾਨੂੰ ਸੋਨੇ ਚਾਂਦੀ ਤੋਂ ਵੀ ਬੜਾ ਕੀਮਤੀ ਰੱਖਣਾ ਚਾਹੁੰਦਾ ਹੈ। ਔਰ ਪਵਿੱਤਰ ਬਾਈਬਲ ਵਿੱਚ ਜਦੋਂ ਅਸੀਂ ਯਹੋਨਾ ਉਹਦਾ 3:16 ਉਹਦੀ 16 ਆਇਤ ਪੜ੍ਹਦੇ ਹਾਂ, ਉੱਥੇ ਸਾਨੂੰ ਅਸਲ ਕੀਮਤ ਸਾਡੀ ਪਤਾ ਚੱਲਦੀ ਹੈ। ਉੱਥੇ ਲਿਖਿਆ ਕਿ ਪਰਮੇਸ਼ੁਰ ਨੇ ਜਗਤ ਨਾਲ ਬੜਾ ਪਿਆਰ ਕੀਤਾ ਔਰ ਆਪਣੇ ਇੱਕ ਲੌਤੇ ਪੁੱਤਰ ਨੂੰ ਕਰੂਸ 'ਤੇ ਬਲੀਦਾਨ ਕਰ ਦਿੱਤਾ, ਆਪਣੇ ਜਿਗਰ ਦੇ ਟੁਕੜੇ ਨੂੰ, ਆਪਣੇ ਕਲੇਜੇ ਦੇ ਟੁਕੜੇ ਨੂੰ ਕਰੂਸ ਦਿੱਤਾ ਔਰ ਸਾਨੂੰ ਪਾਪੀਆਂ ਨੂੰ, ਗੁਨਾਹਗਾਰਾਂ ਨੂੰ ਉਹਨੇ ਪ੍ਰੇਮ ਕੀਤਾ। ਸਾਡੀ ਵੈਲਿਊ ਉਹਨੇ ਆਪਣੇ ਪੁੱਤਰ ਤੋਂ ਜ਼ਿਆਦਾ ਰੱਖੀ। ਔਰ ਰੋਮੀਓ ਦੀ ਕਿਤਾਬ ਉਹਦੇ 10:5-8 ਵਿੱਚ ਲਿਖਿਆ, ਜਦੋਂ ਅਸੀਂ ਪਾਪੀ ਹੀ ਸੀਗੇ ਤਦ ਪ੍ਰਭੂ ਯਿਸੂ ਸਾਡੇ ਲਈ ਮਰਿਆ। ਪਾਪੀਆਂ ਦੇ ਲਈ, ਜਿਨ੍ਹਾਂ ਦੀ ਪਰਮੇਸ਼ੁਰ ਦੀ ਨਜ਼ਰ ਵਿੱਚ ਬਹੁਤ ਜ਼ਿਆਦਾ ਕੀਮਤ ਹੈ, ਬਹੁਤ ਜ਼ਿਆਦਾ ਵੈਲਿਊ ਹੈ, ਉਹ ਪਰਮੇਸ਼ੁਰ ਸਾਡੀ ਵੈਲਿਊ ਸਾਨੂੰ ਸਮਝਾਉਣਾ ਚਾਹੁੰਦਾ ਹੈ। ਅਤੇ ਮੇਰੇ ਭੈਣੋ ਅਤੇ ਭਰਾਵੋ, ਮੈਂ ਚਾਹੁੰਦਾ ਹਾਂ ਕਿ ਇਸ ਵਚਨ ਦੁਆਰਾ ਤੁਸੀਂ ਆਪਣੀ ਵੈਲਿਊ ਨੂੰ ਜਾਣੋ, ਆਪਣੀ ਕੀਮਤ ਨੂੰ ਜਾਣੋ। ਬਾਈਬਲ ਵਿੱਚ ਬਹੁਤ ਸਾਰੇ ਲੋਕ ਨੇ, ਅਣਗਿਣਤ ਲੋਕ ਨੇ ਜਿਨ੍ਹਾਂ ਨੇ ਆਪਣੀ ਵੈਲਿਊ ਨੂੰ ਪਛਾਣ ਲਿਆ, ਔਰ ਬਹੁਤ ਸਾਰੇ ਐਸੇ ਲੋਕ ਵੀ ਨੇ ਜਿਨ੍ਹਾਂ ਨੇ ਆਪਣੀ ਵੈਲਿਊ ਨਹੀਂ ਸਮਝਿਆ। ਪ੍ਰਭੂ ਯਿਸੂ ਮਸੀਹ ਨੇ ਆਪਣੇ 12 ਚੇਲਿਆਂ ਨੂੰ ਚੁਣਿਆ, ਉਹਨਾਂ ਲਈ ਦੁਆਵਾਂ ਕੀਤੀਆਂ, ਉਹਨਾਂ ਨੂੰ ਅਭਿਸ਼ੇਕ ਕੀਤਾ, ਉਹਨਾਂ ਨੂੰ ਮਸਾ ਕੀਤਾ, ਲੇਕਿਨ ਉਹਨਾਂ ਵਿੱਚ ਇੱਕ ਇਨਸਾਨ ਸੀਗਾ ਜਿਹਦਾ ਨਾਂ ਯਹੂਦਾ ਇਸਕਰੀਓਤੀ ਸੀਗਾ। ਉਹ ਆਪਣੀ ਵੈਲਿਊ ਨੂੰ ਨਹੀਂ ਸਮਝ ਸਕਿਆ, ਉਹ ਨਹੀਂ ਜਾਣ ਸਕਿਆ ਕਿ ਪ੍ਰਭੂ ਯਿਸੂ ਮਸੀਹ ਦੀ ਸੰਗਤੀ ਵਿੱਚ, ਉਹਦੇ ਨਾਲ ਰਹਿਣ ਦੇ ਨਾਲ, ਉਹਦੀ ਗੱਲਾਂ ਮੰਨਣ ਦੇ ਨਾਲ ਉਹ ਕਿੱਥੇ ਪਹੁੰਚ ਸਕਦਾ ਹੈ। ਸੱਚਮੁੱਚ ਬਹੁਤ ਸਾਰੇ ਲੋਕ ਅੱਜ ਪ੍ਰਭੂ ਦੀ ਆਵਾਜ਼ ਨੂੰ ਨਾ ਸੁਣਦੇ ਹੋਏ, ਕਲਾਮ ਦੀ ਆਵਾਜ਼ ਨੂੰ ਨਾ ਸੁਣਦੇ ਹੋਏ ਆਪਣੀ ਵੈਲਿਊ ਨਹੀਂ ਜਾਣ ਰਹੇ। ਮੇਰੇ ਭੈਣ ਤੋਂ ਭਰਾਵੋ, ਮੈਂ ਬਾਰ ਬਾਰ ਤੁਹਾਨੂੰ ਇਹ ਗੱਲ 'ਤੇ ਜ਼ੋਰ ਦੇ ਰਿਹਾ ਕਿ ਅੱਜ ਆਪਣੀ ਵੈਲਿਊ ਨੂੰ ਪਛਾਣ ਲਓ, ਆਪਣੀ ਕੀਮਤ ਨੂੰ ਪਛਾਣ ਲਓ। ਅਸੀਂ ਪਰਮੇਸ਼ੁਰ ਦੀ ਅੱਖ ਦੀ ਉਹ ਅਹਿਮ ਪੁਤਲੀ ਹਾਂ ਕਿ ਦੁਸ਼ਟ ਸਾਨੂੰ ਛੂਹ ਵੀ ਨਹੀਂ ਸਕਦਾ। ਸਾਨੂੰ ਪਰਮੇਸ਼ੁਰ ਤੋਂ ਪੈਦਾ ਹੋਣ ਦੀ ਲੋੜ ਹੈ, ਪਰਮੇਸ਼ੁਰ ਦੀ ਸੰਗਤੀ ਵਿੱਚ ਆਉਣ ਦੀ ਲੋੜ ਹੈ, ਸਾਨੂੰ ਦੁਆ ਵਿੱਚ ਵਧਣ ਦੀ ਲੋੜ ਹੈ। ਪਰਮੇਸ਼ੁਰ ਸਾਡੀ ਕੀਮਤ ਸਾਨੂੰ ਦੱਸਣਾ ਚਾਹੁੰਦਾ, ਅਸੀਂ ਪਰਮੇਸ਼ੁਰ ਦੀ ਨਜ਼ਰ 'ਚ ਬੇਸ਼ ਕੀਮਤੀ ਹੈ। ਪਰਮੇਸ਼ੁਰ ਸਾਨੂੰ ਆਪਣੇ ਦਿਲ ਵਿੱਚ ਰੱਖਣਾ ਚਾਹੁੰਦਾ ਹੈ, ਆਪਣੇ ਹਿਰਦੇ ਵਿੱਚ ਵਸਾਉਣਾ ਚਾਹੁੰਦਾ, ਉਹ ਕਦੀ ਵੀ ਸਾਨੂੰ ਛੱਡਦਾ ਨਹੀਂ ਹੈ। ਮੇਰੇ ਭੈਣੋ ਤੋਂ ਭਰਾਵੋ, ਇਸ ਵਚਨ ਦੇ ਦੁਆਰਾ ਮੈਂ ਤੁਹਾਨੂੰ ਬਾਰ ਬਾਰ ਇਹ ਕਹਿਣਾ ਚਾਹਾਂਗਾ, ਜ਼ੋਰ ਦੇਣਾ ਚਾਹਾਂਗਾ ਕਿ ਤੁਸੀਂ ਅੱਜ ਆਪਣੇ ਮਨ ਦੇ ਅੰਦਰ ਝਾਤੀ ਮਾਰੋ, ਆਪਣੇ ਆਪ ਨੂੰ ਨਿਰਾਸ਼ ਨਾ ਸਮਝੋ, ਆਪਣੇ ਆਪ ਨੂੰ ਉਦਾਸ ਨਾ ਸਮਝੋ, ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ, ਕਿਉਂਕਿ ਪਰਮੇਸ਼ੁਰ ਨੇ ਜਗਤ ਦੇ ਮੂਰਖਾਂ ਨੂੰ ਚੁਣਿਆ ਹੈ, ਉਹਨੇ ਜਗਤ ਦੇ ਨਿਰਬਲਾਂ ਨੂੰ ਚੁਣ ਲਿਆ ਹੈ, ਜਿਨ੍ਹਾਂ ਦੀ ਵੈਲਿਊ ਸੰਸਾਰ ਦੀ ਨਜ਼ਰ 'ਚ ਕੁਛ ਨਹੀਂ ਹੈ, ਪਰਮੇਸ਼ੁਰ ਦੀ ਨਜ਼ਰ 'ਚ ਉਹਨਾਂ ਦੀ ਬੜੀ ਵੱਡੀ ਵੈਲਿਊ ਹੈ। ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਅਸੀਂ ਕਿਸੇ ਪਰਿੰਦੇ ਦੇ, ਕਿਸੇ ਪਸ਼ੂ, ਕਿਸੇ ਜਾਨਵਰ ਦੇ, ਕਿਸੇ ਸਵਰਗਦੂਤ ਦੇ ਬੱਚੇ ਨਹੀਂ। ਪਵਿੱਤਰ ਬਾਈਬਲ ਪਹਿਲਾ ਯਹੋਨਾ 3:1 ਵਿੱਚ ਲਿਖਿਆ ਹੋਇਆ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਸੰਤਾਨ ਹਾਂ, ਪਰਮੇਸ਼ੁਰ ਨੇ ਸਾਡੇ ਨਾਲ ਪ੍ਰੇਮ ਕੀਤਾ ਹੈ ਔਰ ਅਸੀਂ ਸੱਚਮੁੱਚ ਪਰਮੇਸ਼ੁਰ ਦੀ ਸੰਤਾਨ ਹਾਂ, ਔਰ ਸੰਸਾਰ ਸਾਨੂੰ ਨਹੀਂ ਪਛਾਣਦਾ ਕਿਉਂਕਿ ਉਹਨੇ ਉਸ ਦੁਨੀਆ ਦੇ ਮੁਕਤੀਦਾਤਾ ਨੂੰ ਵੀ ਨਹੀਂ ਪਛਾਣਿਆ। ਮੇਰੇ ਪਿਆਰੇ ਭੈਣੋ ਭਰਾਵੋ, ਅੱਜ ਪਰਮੇਸ਼ੁਰ ਤੁਹਾਨੂੰ ਤੁਹਾਡੀ ਕੀਮਤ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਹੈ, ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਇੱਕ ਬੀਜ ਦੀ ਤਰ੍ਹਾਂ ਹੋ। ਉਸ ਬੀਜ ਦੇ ਅੰਦਰ ਜੀਵਨ ਹੁੰਦਾ ਹੈ, ਉਸ ਬੀਜ ਦੇ ਅੰਦਰ ਪੇੜ ਵੀ ਹੁੰਦੇ ਨੇ, ਉਸ ਬੀਜ ਦੇ ਅੰਦਰ ਫਲ ਵੀ ਹੁੰਦੇ ਨੇ, ਉਸ ਬੀਜ ਦੇ ਅੰਦਰ ਪੱਤੇ ਵੀ ਹੁੰਦੇ ਨੇ, ਉਸ ਬੀਜ ਦੇ ਅੰਦਰ ਲੱਕੜੀਆਂ, ਟੇਬਲ, ਕੁਰਸੀਆਂ, ਮੇਜ਼ ਔਰ ਘਰ ਦੇ ਬਹੁਤ ਸਾਰੇ ਸਮਾਨ ਛੁਪੇ ਹੁੰਦੇ ਨੇ।
ठीक उस बीज के अंदर अग भी छुपी हुई है, उस बीज के अंदर धुआं भी छुपा हुआ है, उस बीज के अंदर जीवन भी छुपया हुआ। ठीक तुहाडे अंदर परमेश्वर ने अद्भुत सामर्थ छुपा रखी है, अद्भुत वैल्यू है तुहाडी। जिदा दुध के अंदर मलाई छुपी हुई है, मलाई के अंदर मक्खन छुपया हुआ, मक्खन के अंदर घ्यो छुपया हुआ। मेरे भैनों ते भरावो, तुहाडे अंदर परमेश्वर ने अद्भुत पवित्र आत्मा की सामर्थ रखी हुई है। परमेश्वर तुहानू प्यार करता है, परमेश्वर तुहाडी केयर करता है, परमेश्वर तुहाडी परवाह करता है। आओ असी परमेश्वर की उस कीमत नू समझ लिए, उस वैल्यू नू समझ लिए। परमेश्वर तुहानू बहुत बहुत प्यार करन वाला खुदा है। मैं चाहवागा कि तुसी अपनी अखां बंद करो, मैं तुहाडे लई प्रेयर करांगा ताकि तुसी प्रार्थना द्वारा अपने मन नू चेंज करो, अपनी सोच नू चेंज करो और परमेश्वर तुहानू तुहाडी कीमत दा अहसास कराए। आओ असी प्रार्थना करांगे। सर्वशक्तिमान पिता, तुहाडे प्यारे बेटे प्रभु यीशु मसीह दे जीउंदे अते सामर्थी वचन नू पिता परमेश्वर असी सुनिया और तुहाडा धन्नवाद करदे हां। पिता परमेश्वर तुहाडे तमाम बेटे बेटियां लई प्रभु यीशु जिन्हां ने तुहाडे जीउंदे वचन नू सुनिया है पिता, कि अपनी कीमत नू पछाण लो पिता। हनोक ने अपनी कीमत नू पछाणिया पिता परमेश्वर, 300 साल तक परमेश्वर दे नाल चलदा रहा पिता। अज तुहाडे बेटे बेटियां अपनी कीमत नू पछाण लैण प्रभु यीशु मसीह, और सचमुच तुहाडी संगति विच चलदे रहन और जिंदा उठाए जाण पिता। नूह नबी ने पिता परमेश्वर अपनी कीमत नू पछाण लिया पिता परमेश्वर, वो जानदा था कि मैं एक बहुत वड्डा जहाज बनाने की ताकत रखता है पिता परमेश्वर। और नूह ने जदों जहाज बनाया 100 साल परमेश्वर के नाल चलता होया, लोगों के उस धार्मिकता का प्रचार भी करता रहा पिता। नूह ने अपने परिवार को बचा लिया पिता परमेश्वर। ठीक पिता परमेश्वर तुहाडे बेटे बेटियां प्रभु यीशु मसीह अपनी सामर्थ नू पछाण, अपने कीमत नू पछाण लैण पिता परमेश्वर, अपने परिवार नू बचाण लैण पिता परमेश्वर। तुहाडे कलाम च लिखा तू बच ते तुहाडा घराना बचाया जाएगा पिता। जदों असीं अपनी वैल्यू नू समझिए, अपने घर वालियां नू, अपने परिवार, अपने सज्जन बेलियां नू भी उन्हां दी कीमत दस दईए पिता परमेश्वर। मैं दुआ करदा पिता परमेश्वर इस कलाम द्वारा पिता परमेश्वर, इस वचन द्वारा बहुत सारे लोगों नू तुसीं बहुत वड्डी बरकत देनी पिता। लोगों का विश्वास तुहाडे ते होर ज़्यादा मजबूत होए, लोकी संगति विच वधन पिता, तुहाडी दुआ तुहाडी प्रार्थना विच वधन पिता परमेश्वर, तुहाडे प्रेम दे वदन प्रभु यीशु मसीह। और एक कलाम इन्हां दे दिल दे विच पिता नक्श किया जाए प्रभु यीशु मसीह, दिल दी धरती ते बीज वांगू बन के उतरे प्रभु यीशु मसीह और अपनी कीमत नूं पछाण लैण पिता। जिदा मूसा ने अपनी कीमत नूं पछाण लिया, एलिया ने अपनी कीमत नूं पछाण लिया प्रभु यीशु मसीह, और जिदा मरियम ने अपनी कीमत नूं पछाण लिया पिता परमेश्वर, और साडे प्रभु यीशु ने अपनी कीमत नूं पछाण लिया। वह जानते थे कि मैं परम पिता परमेश्वर का इकलौता पुत्र इस धरती से है, और जिहड़ा इंसान प्रभु यीशु मसीह नूं सूली ते टंग रहे ने, जिहड़े इंसान प्रभु नूं नाश करन दी कोशिश कर रहे ने, ओ इंसान सचमुच पिता परमेश्वर नहीं जानते थे, लेकिन यीशु जानते थे अपनी कीमत नूं। यीशु ने पहले ही तो अपने चेलियां नूं दस दिता था कि मैं मुरदियां विच्चों जी उठना है, मौत मेरा कुछ विगाड़ नहीं सकती, क्योंकि मैं पवित्र आत्मा पवित्र परमेश्वर का इकलौता बेटा हाँ। सचमुच अज असी अपनी पछाण नूं जान लईए, असी जान लईए असी कौन हाँ। असी परमेश्वर की अख की ओ काकी हाँ, असी परमेश्वर की ओ अख की पुतली हाँ, असी परमेश्वर के बच्चे हाँ, असी परमेश्वर द्वारा चुने हुए अभिषेक था। असी वैल्यू नू समझ लिए पिता परमेश्वर, इन्हां सारिया दे जीवन विच तुहाडा पवित्र आत्मा अभिषेक द्वारा उतरे प्रभु, ताकि तुहाडी सामर्थ पिता इन्हां नू अहसास करवाए पिता, ये जान लैण प्रभु यीशु कि सचमुच ये बहुत कीमत रखते हैं। और पिता तुसी अपने पुत्र तो ज़्यादा प्रेम पिता परमेश्वर पापियां नू गुनहगारां नू कीता पिता, क्योंकि तुहाडी नज़र विच एक पापी की बहुत ज़्यादा कीमत है पिता। तुसी एक पापी नू धर्मी बना के स्वर्ग दे राज विच लैके जाना चाहते हो पिता। सारे बच्चे तुहाडे ते विश्वास करदे हुए, तौबा करदे हुए पिता परमेश्वर, अपने पापां नूं छड्डदे हुए पिता परमेश्वर, अपनी कीमत नूं पछाणदे हुए स्वर्ग राज लई तैयार होण, अनंत जीवन लई तैयार होण पिता। सारा आदर, सारी महिमा, सारा जलाल सिर्फ तुहानूं दिंदे हुए ये बिनती, ये प्रार्थना विश्वास नाल यीशु नाम विच मंगदे हाँ। आमीन।